ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਹੋਪ ਕਿ ਸਾਰਿਆਂ ਦੀ ਪੰਜਾਬ ਜੀ ਕੇ ਦੀ ਤਿਆਰੀ ਬਹੁਤ ਅੱਛੀ ਚੱਲ ਰਹੀ ਹੋਏਗੀ। ਤਾਂ ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਸੀ ਕਿ ਪੰਜਾਬ ਜੀ ਕੇ ਦੇ ਐਮ ਸੀ ਕਿਊਜ਼ ਕਰਵਾਏ ਜਾਣ, ਤਾਂ ਅੱਜ ਅਸੀਂ ਏਨਸ਼ੀਅੰਟ ਹਿਸਟਰੀ ਆਫ ਪੰਜਾਬ ਦੇ ਐਮ ਸੀ ਕਿਊਜ਼ ਲੈ ਕੇ ਆਏ ਹਾਂ। ਤਾਂ ਇੱਕ ਇੱਕ ਕਰਕੇ ਆਪਾਂ ਕੁਐਸਚਨਸ ਦੇਖਾਂਗੇ। ਤਾਂ ਇਹਨਾਂ ਕੁਐਸਚਨਸ ਦੇ ਆਂਸਰ ਤੁਸੀਂ ਆਪਣੇ ਮਨ ਦੇ ਵਿੱਚ ਜ਼ਰੂਰ ਸੋਚਣੇ ਹੈ, ਐਂਡ ਐਂਡ 'ਤੇ ਆਪਣਾ ਸਕੋਰ ਵੀ ਕੈਲਕੂਲੇਟ ਕਰ ਲੈਣਾ। ਤਾਂ ਕੁਐਸਚਨਸ ਦੇਖਦੇ ਹਾਂ। ਵਿਚ ਆਫ ਦ ਫੋਲੋਇੰਗ ਸਕ੍ਰਿਪਟ ਵਾਜ਼ ਇੰਟਰੋਡਿਊਸਡ ਇਨ ਦ ਪੰਜਾਬ ਬਾਈ ਮੌਰੀਅਨ ਐਮਪਰਰ ਅਸ਼ੋਕਾ ਥਰੂ ਹਿਸ ਇਨਸਕ੍ਰਿਪਸ਼ਨਸ। ਤਾਂ ਅਸ਼ੋਕਾ ਦੀਆਂ ਇਨਸਕ੍ਰਿਪਸ਼ਨਸ ਦੇ ਵਿੱਚ ਕਿਹੜੀ ਸਕ੍ਰਿਪਟ ਮਤਲਬ ਯੂਜ਼ ਕੀਤੀ ਹੋਈ ਸੀ, ਕਿਸ ਦੇ ਵਿੱਚ ਉਕੇਰਿਆ ਹੋਇਆ ਸੀ, ਤਾਂ ਕਿਹੜੀ ਸਕ੍ਰਿਪਟ ਉਹਨੇ ਇੰਟਰੋਡਿਊਸ ਕੀਤੀ ਸੀ ਪੰਜਾਬ ਦੇ ਵਿੱਚ। ਇਹ ਆਪਾਂ ਕਰਕੇ ਆਏ ਸੀ ਕਿ ਬ੍ਰਹਮੀ ਸਕ੍ਰਿਪਟ ਅਸ਼ੋਕ ਦੀਆਂ ਇਨਸਕ੍ਰਿਪਸ਼ਨਸ ਦੇ ਵਿੱਚ ਯੂਜ਼ ਕੀਤੀ ਹੋਈ ਸੀ, ਅਤੇ ਬ੍ਰਹਮੀ ਸਕ੍ਰਿਪਟ ਜੋ ਹੈ ਇਸ ਤੋਂ ਬਾਅਦ ਦੇ ਵਿੱਚ ਹਿੰਦੀ, ਪੰਜਾਬੀ ਅਤੇ ਮਲਿਆਲਮ ਵਰਗੀਆਂ ਲੈਂਗੁਏਜਸ ਇਸ ਤੋਂ ਹੀ ਪੈਦਾ ਹੋਈਆਂ। ਠੀਕ ਹੈ, ਤਾਂ ਇਸ ਦਾ ਆਂਸਰ ਹੈ ਬ੍ਰਹਮੀ ਸਕ੍ਰਿਪਟ। ਕੰਸੀਡਰ ਦ ਫੋਲੋਇੰਗ ਸੈਟਲਮੈਂਟਸ, ਹਿਊਮਨ ਸੈਟਲਮੈਂਟਸ ਆਫ ਨੀਓਲਿਥਿਕ ਕਲਚਰ। ਤਾਂ ਨੀਓਲਿਥਿਕ ਕਲਚਰ ਦੀ ਗੱਲ ਕਰ ਰਹੇ ਨੇ, ਪੇਲੀਓਲਿਥਿਕ, ਮੀਜ਼ੋਲਿਥਿਕ, ਨੀਓਲਿਥਿਕ ਕਲਚਰ। ਨੀਓਲਿਥਿਕ ਮਤਲਬ ਨਿਊ ਸਟੋਨ ਏਜ। ਤਾਂ ਪੰਜਾਬ ਦੇ ਵਿੱਚ 4000 BC ਤੋਂ ਬਾਅਦ ਇਹ ਜੋ ਹੈ ਡਿਵੈਲਪ ਹੋਣੀ ਸ਼ੁਰੂ ਹੋਈ। ਠੀਕ ਹੈ, ਤਾਂ ਨੀਓਲਿਥਿਕ ਕਲਚਰ ਦੇ ਜੋ ਲੋਕ ਸਨ ਉਹ ਪੈਸਟੋਰਲਿਜ਼ਮ 'ਤੇ ਡਿਪੈਂਡੈਂਟ ਕਰਦੇ ਸਨ। ਪੈਸਟੋਰਲਿਜ਼ਮ ਮਤਲਬ ਕਿ ਚਰਵਾਹੇ ਸਨ। ਠੀਕ ਹੈ, ਐਂਡ ਸ਼ਿਫਟਿੰਗ ਕਲਟੀਵੇਸ਼ਨ ਵੀ ਇਹਨਾਂ ਦਾ ਮਤਲਬ ਕਿ ਇਸ 'ਤੇ ਵੀ ਡਿਪੈਂਡ ਕਰਦੇ ਸਨ। ਠੀਕ ਹੈ, ਤਾਂ ਨੀਓਲਿਥਿਕ ਕਲਚਰ ਦੀਆਂ ਸਾਨੂੰ ਕਈ ਮਤਲਬ ਕਿ ਜੋ ਸਾਈਟਸ ਮਿਲੀਆਂ ਹਨ ਪੰਜਾਬ ਦੇ ਵਿੱਚ ਮਿਲੀਆਂ ਸਨ, ਉਹ ਸਨ ਜਲੀਲਪੁਰ। ਜਲੀਲਪੁਰ ਦੇ ਵਿੱਚ ਹੈਂਡਮੇਡ ਪੋਟਰੀ ਸਾਨੂੰ ਮਿਲਦੀ ਹੈ। ਠੀਕ ਹੈ, ਤਾਂ ਜਲੀਲਪੁਰ ਹੈ ਇਸਦਾ ਜੋ ਇੱਕ ਸਾਈਟ ਹੈ, ਅਤੇ ਦੂਸਰੀ ਸਾਈਟ ਸਾਨੂੰ ਮਿਲਦੀ ਹੈ ਬਹਾਵਲਪੁਰ ਡਿਸਟ੍ਰਿਕਟ, ਜੋ ਕਿ 3800 ਤੋਂ 3200 BC ਦੇ ਵਿਚਕਾਰ ਇੱਥੇ ਮਤਲਬ ਕਿ ਅਪੀਅਰ ਹੋਈ ਸੀ, ਇੱਥੇ ਸਾਨੂੰ ਮਿਲੀ ਸੀ। ਠੀਕ ਹੈ, ਤਾਂ ਸੈਮੀ ਨੋਮੈਡਿਕ ਪੀਪਲ ਸਨ ਇਹ ਨੀਓਲਿਥਿਕ ਕਲਚਰ ਦੇ ਲੋਕ। ਠੀਕ ਹੈ, ਤਾਂ ਇਸਦਾ ਅਸੀਂ ਦੱਸਣਾ ਹੈ ਕਿ ਵਿਚ ਆਫ ਦ ਸੈਟਲ ਸਟੇਟਮੈਂਟ ਗਿਵਨ ਅਬਵ ਆਰ ਕਰੈਕਟ ਅਬਾਊਟ ਨੀਓਲਿਥਿਕ ਸੈਟਲਮੈਂਟਸ ਇਨ ਪੰਜਾਬ। ਤਾਂ ਆਲ ਆਫ ਦੀਜ਼, ਸਾਰੀਆਂ ਸਟੇਟਮੈਂਟਸ ਦੇ ਵਿੱਚ ਇਹੀ ਦਿੱਤਾ ਹੋਇਆ, ਰਾਈਟ। ਤਾਂ ਡੀ ਇਜ਼ ਦ ਆਂਸਰ। ਉਸ ਤੋਂ ਬਾਅਦ ਹੈ ਵਿਚ ਆਫ ਦ ਫੋਲੋਇੰਗ ਆਰ ਫੀਚਰਸ ਆਫ ਨੀਓਲਿਥਿਕ ਸੈਟਲਮੈਂਟਸ ਇਨ ਪੰਜਾਬ। ਤਾਂ ਨੀਓਲਿਥਿਕ ਸੈਟਲਮੈਂਟਸ ਦੇ ਬਾਰੇ ਹੀ ਪੁੱਛ ਰਹੇ ਨੇ। ਨੀਓਲਿਥਿਕ ਸੈਟਲਮੈਂਟਸ ਦੇ ਟਾਈਮ 'ਤੇ ਅਗਰ ਆਪਾਂ ਦੇਖੀਏ ਤਾਂ ਜੋ ਇਕੋਨਮੀ ਸੀ ਉਹ ਬਹੁਤ ਐਡਵਾਂਸ ਹੋ ਚੁੱਕੀ ਸੀ, ਐਗਰੀਕਲਚਰ ਕਾਫੀ ਜ਼ਿਆਦਾ ਮਤਲਬ ਠੀਕ ਆਪਣੀ ਸਥਿਤੀ ਦੇ ਵਿੱਚ ਸੀ, ਅਤੇ ਲੋਕ ਫੈਸ਼ਨ ਦੇ ਪ੍ਰਤੀ ਬਹੁਤ ਜਾਗਰੂਕ ਸਨ। ਸੈਮੀ ਪ੍ਰੀਸ਼ੀਅਸ ਸਟੋਨਸ ਇੱਥੇ ਇਸ ਟਾਈਮ ਦੇ ਮਿਲਦੇ ਹਨ। ਤਾਂ ਅ ਨੋਟੇਬਲ ਐਡਵਾਂਸ ਇਨ ਐਗਰੀਕਲਚਰ, ਯੂਜ਼ ਆਫ ਸ਼ੈਲ, ਸੈਮੀ ਪ੍ਰੀਸ਼ੀਅਸ ਸਟੋਨਸ ਐਂਡ ਮੈਟਲਸ ਫੋਰ ਓਰਨਾਮੈਂਟਸ, ਯੂਜ਼ ਆਫ ਟੂ ਵੀਲ ਆਕਸ ਕਾਰਟ। ਤਾਂ ਲੋਕ ਇਸ ਟਾਈਮ 'ਤੇ ਚਰਵਾਹੇ ਸਨ, ਤਾਂ ਇਸ ਟਾਈਮ 'ਤੇ ਸਾਨੂੰ ਟੂ ਵੀਲ ਆਕਸ ਕਾਰਟ ਮਿਲਦੀ ਹੈ। ਠੀਕ ਹੈ, ਤਾਂ ਇਹ ਸਾਰੀਆਂ ਸਟੇਟਮੈਂਟਸ ਸਹੀ ਨੇ, ਆਲ ਆਫ ਦੀ ਅਬਵ ਆਏਗਾ ਇਸਦਾ ਵੀ ਆਂਸਰ। ਉਸ ਤੋਂ ਬਾਅਦ ਹੈ ਪੰਜਾਬ ਕੈਨ ਰਾਈਟਲੀ ਬੀ ਪ੍ਰਾਊਡ ਆਫ ਇਟਸ ਹਿਸਟਰੀ ਐਂਡ ਸੋਸਾਇਟਲ ਲੀਗੇਸੀ ਐਜ ਇਟ ਇਜ਼ ਦ ਹੋਮ ਟੂ ਵਨ ਆਫ ਦ ਮੋਸਟ ਏਨਸ਼ੀਅੰਟ ਸਿਵਿਲਾਈਜੇਸ਼ਨਸ ਜਨਰਲੀ ਨੋਨ ਐਜ਼। ਪੰਜਾਬ ਨੂੰ ਮਾਣ ਹੋ ਸਕਦਾ ਹੈ ਆਪਣੀ ਕਲਚਰ 'ਤੇ, ਕਿਉਂਕਿ ਇੱਥੇ ਜੋ ਹੈ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਦੇ ਵਿੱਚੋਂ ਇੱਕ ਸੱਭਿਅਤਾ ਦਾ ਜਨਮ ਹੋਇਆ। ਉਹ ਕਿਹੜੀ ਸੱਭਿਅਤਾ ਸੀ? ਜਦੋਂ ਆਪਾਂ ਏਨਸ਼ੀਅੰਟ ਹਿਸਟਰੀ ਸਟਾਰਟ ਕੀਤੀ ਸੀ ਤਾਂ ਆਪਾਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਇੱਥੇ ਹੜੱਪਾ ਸਿਵਿਲਾਈਜੇਸ਼ਨ ਮਿਲੀ ਸੀ। ਠੀਕ ਹੈ, ਤਾਂ ਇਹ ਤਾਂ ਸਾਰਿਆਂ ਦਾ ਹੀ ਸਹੀ ਹੋਣਾ ਚਾਹੀਦਾ ਹੈ। ਅ ਸਾਈਟ ਆਫ ਦਿਸ ਕਲਚਰ ਹੈਜ਼ ਬੀਨ ਐਕਸਕੇਵੇਟਿਡ ਐਟ ਜਲੀਲਪੁਰ ਔਨ ਦ ਓਲਡ ਬੈੱਡ ਆਫ ਦ ਰਿਵਰ। ਤਾਂ ਜਲੀਲਪੁਰ ਜੋ ਸਾਈਟ ਹੈ ਉਹ ਕਿਹੜੇ ਰਿਵਰ ਦੇ ਕਿਨਾਰੇ 'ਤੇ ਸਾਨੂੰ ਮਿਲਦੀ ਹੈ? ਰਿਵਰ ਰਾਵੀ। ਠੀਕ ਹੈ, ਰਾਵੀ ਰਿਵਰ ਦੇ ਕਿਨਾਰੇ 'ਤੇ ਸਾਨੂੰ ਮਿਲਦੀ ਹੈ। ਜਲੀਲਪੁਰ ਦੇ ਵਿੱਚ ਹੈਂਡਮੇਡ ਪੋਟਰੀ ਸਾਨੂੰ ਹੈਂਡਮੇਡ ਪੋਟਰੀ ਦੇ ਰੈਮਨੈਂਟਸ ਪਾਏ ਜਾਂਦੇ ਹਨ। The settlements of the urban Harappan culture are found in a large contiguous zone extending over Punjab plains with a number of defining features. Which of the following are features of these settlements? The Punjab de vich jo sanu sites miliyan ne, theek hai, unna de features ki ne? Wheel made pottery of distinctive kind, pottery jo hai alag kisam di mildi hai sanu. Planned cities and towns, ਜੋ ਕਿ ਹੜੱਪਨ ਸਿਵਿਲਾਈਜੇਸ਼ਨ ਦਾ ਇੱਕ ਬਹੁਤ ਹੀ ਕਰੈਕਟਰਿਸਟਿਕ ਫੀਚਰ ਹੈ ਕਿ ਟਾਊਨਸ ਅਤੇ ਸਿਟੀਜ਼ ਜੋ ਹਨ ਉਹ ਪਲੈਨਡ ਹਨ। ਠੀਕ ਹੈ,
ਤਾਂ ਸਟੈਂਡਰਡ ਵੇਟ ਐਂਡ ਸੀਲਸ, ਸੀਲਸ ਆਪਾਂ ਕੀਤੀਆਂ ਸੀ, ਠੀਕ ਹੈ, ਐਂਡ ਸਟੈਂਡਰਡ ਵੇਟਸ ਇੱਥੇ ਇਸ ਟਾਈਮ ਦੇ ਪਾਏ ਗਏ ਸਨ, ਤਾਂ ਸਾਰੀਆਂ ਸਟੇਟਮੈਂਟਸ ਸਹੀ ਹਨ, ਆਲ ਆਫ ਦੀ ਅਬਵ ਇਹਦਾ ਆਂਸਰ ਆਏਗਾ। ਉਸ ਤੋਂ ਬਾਅਦ ਹੈ ਵਿਚ ਆਫ ਦ ਫੋਲੋਇੰਗ ਆਰ ਦ ਆਊਟਰ ਮੋਸਟ ਸਾਈਟਸ ਆਫ ਦ ਸੈਟਲਮੈਂਟਸ ਆਫ ਅਰਬਨ ਹੜੱਪਨ ਕਲਚਰ। ਤਾਂ ਅਰਬਨ ਹੜੱਪਨ ਕਲਚਰ, ਹੜੱਪਨ ਕਲਚਰ ਦੀਆਂ ਕਈ ਸਾਈਟਸ ਆਪਾਂ ਪੰਜਾਬ ਦੇ ਵਿੱਚ ਪੜ੍ਹੀਆਂ ਸੀ, ਜਿਵੇਂ ਕਿ ਮੰਦਾ ਜੋ ਕਿ ਮਤਲਬ ਹੁਣ ਤਾਂ ਜੰਮੂ ਦੇ ਵਿੱਚ ਹੈ, ਰੋਪੜ, ਚੰਡੀਗੜ੍ਹ ਅਤੇ ਕੋਟਲਾ ਨਿਹੰਖਾਂ ਵਗੈਰਾ, ਢੇਰ ਮਾਜਰਾ, ਬਾਰਾ, ਠੀਕ ਹੈ। ਆਈ ਹੋਪ ਕਿ ਸਾਰਿਆਂ ਨੂੰ ਇਹ ਯਾਦ ਹੋਣਗੀਆਂ, ਠੀਕ ਹੈ। ਸਾਰੀਆਂ ਸਾਈਟਸ ਇੰਪੋਰਟੈਂਟ ਨੇ, ਤਾਂ ਯੂ ਸ਼ੁੱਡ ਰਿਮੈਂਬਰ ਐਵਰੀ ਈਚ ਆਫ ਦੀਜ਼, ਠੀਕ ਹੈ। ਤਾਂ ਇਹ ਸਾਰੀਆਂ ਸਾਈਟਸ ਸਾਨੂੰ ਮਤਲਬ ਇਸ ਦਾ ਆਂਸਰ ਆਏਗਾ ਆਲ ਆਫ ਦੀ ਅਬਵ। ਕੰਸੀਡਰ ਦ ਫੋਲੋਇੰਗ ਅਬਾਊਟ ਮੀਜ਼ੋਲੀਥਿਕ ਏਜ, ਪੇਲੀਓਲੀਥਿਕ, ਮੀਜ਼ੋਲੀਥਿਕ। ਮੀਜ਼ੋਲੀਥਿਕ ਏਜ ਦੇ ਵਿੱਚ ਆਪਾਂ ਇੱਕ ਕੀ ਵਰਡ ਕੀਤਾ ਸੀ ਮੀਜ਼ੋਲੀਥਿਕ ਦੇ ਟਾਈਮ 'ਤੇ। ਦੇਖੋ ਪੇਲੀਓਲੀਥਿਕ ਜੋ ਹੈ ਓਲਡ ਸਟੋਨ ਏਜ, ਮੀਜ਼ੋਲੀਥਿਕ ਦੇ ਵਿੱਚ ਸਟੋਨਸ ਦੀ ਜੋ ਮਤਲਬ ਥੋੜ੍ਹੀ ਕੁਆਲਿਟੀ ਸੀ, ਸਟੋਨਸ ਥੋੜ੍ਹੀ ਬੈਟਰ ਕੁਆਲਿਟੀ ਦੇ ਵਰਤੇ ਜਾਣ ਲੱਗੇ ਸਨ, ਠੀਕ ਹੈ। ਇਸ ਟਾਈਮ 'ਤੇ ਮਾਈਕਰੋਲਿਥ ਆਏ ਸਨ, ਮਾਈਕਰੋਲਿਥ ਦਾ ਯੂਜ਼ ਮਿਲਦਾ ਹੈ। ਮਾਈਕਰੋਲਿਥ ਮਤਲਬ ਬਹੁਤ ਛੋਟੇ ਸਟੋਨਸ, ਠੀਕ ਹੈ। ਤਾਂ ਪੀਪਲ ਵਰ ਸਕਿੱਲਡ, ਓਬਵੀਅਸਲੀ ਲੋਕ ਥੋੜ੍ਹੇ ਜਿਹੇ ਮਤਲਬ ਕਿ ਸਕਿੱਲਡ ਹੋ ਗਏ ਸਨ ਇਸ ਟਾਈਮ ਤੱਕ ਆਉਂਦੇ ਆਉਂਦੇ, ਐਂਡ ਯੂਜ਼ ਆਫ ਸਟੋਨਸ ਵਰ ਮੱਚ ਬੈਟਰ ਦੈਨ ਪੇਲੀਓਲੀਥਿਕ ਟੂਲਸ, ਠੀਕ ਹੈ। ਤਾਂ ਆਦਮੀ ਕੀ ਤਾਂ ਮਤਲਬ ਉਸ ਟਾਈਮ 'ਤੇ ਮਨੁੱਖ ਕੀ ਕਰਦਾ ਸੀ, ਹੰਟਿੰਗ ਕਰਦਾ ਸੀ, ਠੀਕ ਹੈ, ਐਂਡ ਹੰਟਿੰਗ ਗੈਦਰਰ ਤਾਂ ਸੀਗਾ ਹੀ, ਹੰਟਿੰਗ ਗੈਦਰਿੰਗ ਐਂਡ ਫਿਸ਼ਿੰਗ ਕਰਦਾ ਸੀ। ਤਾਂ ਮੈਨ ਬਿਗੈਨ ਹੰਟ ਐਂਡ ਫਿਸ਼ ਵਿਦ ਦ ਏਡ ਔਰ ਇੰਪਲੀਮੈਂਟਸ ਆਫ ਬੋਨ ਐਂਡ ਫਲਿੰਟ, ਠੀਕ ਹੈ। ਤਾਂ ਹੰਟਿੰਗ ਅਤੇ ਫਿਸ਼ਿੰਗ ਕਰਨੀ ਸ਼ੁਰੂ ਕੀਤੀ ਸੀਗੀ, ਇਸ ਦੇ ਵਿੱਚ ਉਹ ਬੋਨਸ 'ਤੇ ਮਤਲਬ ਯੂਜ਼ ਕੀਤਾ, ਬੋਨਸ ਦੀ, ਬੋਨਸ ਜੋ ਹੁੰਦੀਆਂ ਸਨ, ਠੀਕ ਹੈ, ਉਸ ਦੀ ਯੂਜ਼ ਦੇ ਨਾਲ ਹੰਟਿੰਗ ਵਗੈਰਾ ਇਹ ਕਰਦਾ ਸੀ। ਵਿਚ ਆਫ ਦ ਸਟੇਟਮੈਂਟਸ ਗਿਵਨ ਅਬਵ ਆਰ ਕਰੈਕਟ, ਤਾਂ ਇਸ ਦਾ ਮਤਲਬ ਦੋਨੋਂ ਸਟੇਟਮੈਂਟਸ ਕਰੈਕਟ ਨੇ, ਤਾਂ ਬੋਥ 1 and 2 ਆਏਗਾ, ਸੀ ਇਜ਼ ਦਾ ਆਂਸਰ। ਉਸ ਤੋਂ ਬਾਅਦ ਨੇਮ ਪੰਜਾਬ, ਪੰਜ ਪਲੱਸ ਆਬ, ਤਾਂ ਇਸਦਾ ਤਾਂ ਆਂਸਰ ਦੱਸਣ ਦੀ ਜ਼ਰੂਰਤ ਨਹੀਂ ਹੈ, ਸਾਰਿਆਂ ਦਾ ਇਹ ਆਂਸਰ ਸਹੀ ਹੋਣਾ ਚਾਹੀਦਾ। ਯੂਜ਼ਡ ਫੋਰ ਸਪੇਸ਼ੀਅਲ ਔਰ ਟੈਰੀਟੋਰੀਅਲ ਆਈਡੈਂਟੀ, ਓਲਡੈਸਟ ਆਫ ਦੀਜ ਇਜ਼ ਦ ਰਿਗਵੇਦਿਕ ਸਪਤ ਸਿੰਧੂ। ਸਪਤ ਸਿੰਧੂ ਦੇ ਵਿੱਚ, ਸਪਤ ਸਿੰਧੂ ਕਿਸ ਦੇ ਵਿੱਚ ਯੂਜ਼ ਕੀਤਾ ਗਿਆ ਸੀ, ਵਰਡ ਆਪਾਂ ਕੀਤਾ ਸੀ ਕਿ ਰਿਗਵੇਦ, ਜੋ ਕਿ ਚਾਰਾਂ ਵੇਦਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਵੇਦ ਹੈ, ਰਿਗਵੇਦ, ਸਾਮਵੇਦ, ਅਥਰਵੇਦ ਐਂਡ ਯਜੁਰਵੇਦ। ਤਾਂ ਰਿਗਵੇਦ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਦੇ ਨਾਲ ਸੰਬੋਧਿਤ ਕੀਤਾ ਗਿਆ, ਸਪਤ ਸਿੰਧੂ ਦੇ ਨਾਮ ਨਾਲ। ਸਪਤ ਸਿੰਧੂ ਮਤਲਬ ਸੱਤ ਦਰਿਆਵਾਂ ਦੀ ਧਰਤੀ। ਤਾਂ ਉਹ ਸੱਤ ਦਰਿਆ ਕਿਹੜੇ ਕਿਹੜੇ ਸਨ, ਆਈ ਹੋਪ ਕਿ ਸਾਰਿਆਂ ਨੂੰ ਅਗੇਨ ਪਤਾ ਹੀ ਹੋਏਗਾ, ਇੰਡਸ, ਰਿਵਰ ਸਰਸਵਤੀ ਅਤੇ ਇੰਡਸ ਦੀਆਂ ਪੰਜ ਟ੍ਰਿਬਿਊਟਰੀਜ਼, ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜੇਲਮ, ਠੀਕ ਹੈ। ਤਾਂ ਲੈਂਡ ਆਫ 7 ਰਿਵਰਸ। ਕੋਟਲਾ ਨਿਹੰਗ ਖਾਨ ਰੂਪਨਗਰ ਡਿਸਟ੍ਰਿਕਟ ਦੇ ਵਿੱਚ ਕਿਸ ਟਾਈਮ ਕਦੋਂ ਡਿਸਕਵਰ ਕੀਤੀ ਗਈ ਸੀ, ਇਹ ਇੱਕ ਫੈਕਚੁਅਲ ਇਨਫੋਰਮੇਸ਼ਨ ਹੈ, ਤਾਂ ਤੁਸੀਂ ਯਾਦ ਰੱਖੋਗੇ, 1929 ਦੇ ਵਿੱਚ ਕੋਟਲਾ ਨਿਹੰਗ ਖਾਨ ਜੋ ਹੈ ਡਿਸਕਵਰ ਕੀਤਾ ਗਿਆ ਸੀ। ਟਰਮ ਪੰਜਾਬ ਹੈਜ਼ ਬੀਨ ਫਾਊਂਡ ਇਨ, ਪੰਜਾਬ ਜੋ ਟਰਮ ਹੈ ਇਸਦਾ ਜ਼ਿਕਰ ਕਿਸ ਕਿਸ ਦੇ ਵਿੱਚ ਮਿਲਦਾ ਹੈ, ਤਾਰੀਕੇ ਸ਼ੇਰ ਸ਼ਾਹ ਸੂਰੀ, ਆਈਨੇ ਅਕਬਰੀ, ਤੁਜ਼ੂਕੇ ਜਹਾਂਗੀਰੀ, ਆਲ ਆਫ ਦੀ ਅਬਵ। ਤਾਂ ਆਈਨੇ ਅਕਬਰੀ ਜੋ ਹੈ ਇਹ ਲਿਖੀ ਹੋਈ ਸੀ, ਆਈਨੇ ਅਕਬਰੀ ਦੇ ਵਿੱਚ ਅਕਬਰ ਦੀ ਐਡਮਿਨਿਸਟ੍ਰੇਸ਼ਨ ਦਾ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਅਕਬਰ ਦਾ ਰਾਜ ਜੋ ਹੈ ਕਿਸ ਤਰ੍ਹਾਂ ਦਾ ਸੀ, ਪ੍ਰਬੰਧ ਉਸ ਟਾਈਮ ਰਾਜ ਅਕਬਰ ਦੇ ਰਾਜ ਵਿੱਚ ਕਿਸ ਤਰ੍ਹਾਂ ਦਾ ਸੀ, ਤਾਂ ਇਹ ਅਬੁਲ ਫਜ਼ਲ ਨੇ ਲਿਖੀ ਹੋਈ ਹੈ, ਠੀਕ ਹੈ। ਇਸ ਦੇ ਰਾਈਟਰ ਦਾ ਤੁਸੀਂ ਨਾਮ ਯਾਦ ਰੱਖਣਾ ਹੈ, ਅਬੁਲ ਫਜ਼ਲ ਨੇ ਲਿਖੀ ਸੀ। ਐਂਡ ਤੁਜ਼ੂਕੇ ਜਹਾਂਗੀਰੀ, ਇਹ ਜਹਾਂਗੀਰ ਦੀ, ਮੁਗਲ ਸਮਰਾਟ ਜਹਾਂਗੀਰ ਦੀ ਇਹ ਆਟੋਬਾਇਓਗ੍ਰਾਫੀ ਹੈ, ਇਸ ਨੂੰ ਜਹਾਂਗੀਰ ਨਾਮਾ ਵੀ ਕਿਹਾ ਜਾਂਦਾ ਹੈ, ਜਹਾਂਗੀਰ ਨਾਮਾ, ਠੀਕ ਹੈ। ਤਾਂ ਇਸਦੇ ਤਾਂ ਜਹਾਂਗੀਰ ਦੇ ਜੋ ਫਾਦਰ ਸੀ ਬਾਬਰ, ਬਾਬਰ ਨੇ ਬਾਬਰ ਨਾਮਾ ਲਿਖਿਆ ਸੀ, ਤਾਂ ਜਹਾਂਗੀਰ ਨੇ ਉਸੇ ਹੀ ਮਤਲਬ ਪਰੰਪਰਾ ਨੂੰ ਫੋਲੋ ਕਰਦੇ ਹੋਏ ਜਹਾਂਗੀਰ ਨਾਮਾ ਲਿਖਿਆ, ਠੀਕ ਹੈ। ਤਾਂ ਇਹਨਾਂ ਸਾਰੀਆਂ ਦੇ ਵਿੱਚ, ਤਿੰਨਾਂ ਦੇ ਵਿੱਚ ਇਹ ਪੰਜਾਬ ਸ਼ਬਦ ਦਾ ਜ਼ਿਕਰ ਮਿਲੇਗਾ, ਠੀਕ ਹੈ। ਤਾਂ ਆਲ ਆਫ ਦੀ ਅਬਵ ਇਜ਼ ਦਾ ਆਂਸਰ। ਹੂ ਰੋਟ ਦਾ ਫੇਮਸ ਸੰਸਕ੍ਰਿਤ ਪਲੇ ਮੁਦਰਾ ਰਾਕਸ਼ਸ, ਤਾਂ ਬਹੁਤ ਸਾਰਿਆਂ ਨੂੰ ਦੇਖ ਕੇ ਲੱਗੇਗਾ ਕਿ ਕਾਲੀਦਾਸ, ਲੇਕਿਨ ਇਸਦਾ ਆਂਸਰ ਕਾਲੀਦਾਸ ਨਹੀਂ ਹੈ, ਇਸਦਾ ਆਂਸਰ ਹੈ ਵਿਸ਼ਾਖ ਦੱਤ। ਮੁਦਰਾ ਰਾਕਸ਼ਸ ਇੱਕ ਸੰਸਕ੍ਰਿਤ
ਪਲੇ ਹੈ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਹੈ ਜਿਸ ਦੇ ਵਿੱਚ ਚੰਦਰਗੁਪਤ ਮੌਰਿਆ ਨੇ ਕਿਸ ਤਰ੍ਹਾਂ ਸ਼ਾਸਨ ਜੋ ਆਪਣਾ ਹੈ ਰਾਜ ਦੀ ਸਥਾਪਨਾ ਕੀਤੀ ਕਿਸ ਤਰ੍ਹਾਂ ਉਸਨੇ ਮਤਲਬ ਕਾਫੀ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਉਸਦਾ ਜ਼ਿਕਰ ਇਸ ਦੇ ਵਿੱਚ ਬਹੁਤ ਹੀ ਅੱਛੇ ਢੰਗ ਦੇ ਨਾਲ ਕੀਤਾ ਗਿਆ ਹੈ ਵਿਸ਼ਾਖ ਤੱਤ ਨੇ ਬਹੁਤ ਹੀ ਅੱਛੇ ਢੰਗ ਨਾਲ ਕੀਤਾ ਹੈ ਤਾਂ ਇਸਦਾ ਨਾਮ ਤੁਸੀਂ ਯਾਦ ਰੱਖਣਾ ਹੈ ਮੁਦਰਾ ਰਾਕਸ਼ਸ ਦਾ ਐਂਡ ਮੁਦਰਾ ਰਾਕਸ਼ਸ ਨੂੰ ਹਿੰਦੀ ਦੇ ਵਿੱਚ ਅਨੁਵਾਦ ਕਰਨ ਵਾਲੇ ਸਨ ਭਾਰਤੇਂਦੂ ਹਰਿਸ਼ਚੰਦਰ ਸਭ ਤੋਂ ਪਹਿਲਾਂ ਹਿੰਦੀ ਦੇ ਵਿੱਚ ਉਹਨਾਂ ਨੇ ਇਸਦਾ ਅਨੁਵਾਦ ਕੀਤਾ ਸੀ ਅੰਡਰ ਕਨਿਸ਼ਕ ਦ ਪੰਜਾਬ ਬਿਕੇਮ ਪਾਰਟ ਆਫ ਇੰਪਾਇਰ ਦੈਟ ਕਵਰਡ ਮਚ ਆਫ ਦ ਨਦਰਨ ਇੰਡੀਅਨ ਅਫਗਾਨਿਸਤਾਨ ਐਂਡ ਸੈਂਟਰਲ ਏਸ਼ੀਆ ਵਿਦ ਇਟਸ ਵਿੰਟਰ ਕੈਪੀਟਲ ਤਾਂ ਕਨਿਸ਼ਕ ਕੁਸ਼ਾਨ ਵੰਸ਼ ਦਾ ਰਾਜਾ ਕੁਸ਼ਾਨ ਵੰਸ਼ ਦਾ ਇਹ ਫੋਰਥ ਐਮਪਰਰ ਸੀ ਕਨਿਸ਼ਕ ਠੀਕ ਹੈ ਤਾਂ ਇਸਨੇ ਵਿੰਟਰ ਕੈਪੀਟਲ ਬਣਾਈ ਸੀ ਆਪਣੀ ਪੇਸ਼ਾਵਰ ਨੂੰ ਠੀਕ ਹੈ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਪੇਸ਼ਾਵਰ ਦਾ ਉਸ ਟਾਈਮ ਨਾਮ ਸੀ ਪੁਰਸ਼ਪੁਰਾ ਕੁਸ਼ਾਨ ਕਿੰਗਡਮ ਵਾਸ ਫਾਊਂਡਡ ਬਾਈ ਕਿੰਗ ਹਿਰੇਓਸ ਐਂਡ ਗ੍ਰੇਟਲੀ ਐਕਸਪੈਂਡਡ ਬਾਈ ਹਿਜ਼ ਸਕਸੈਸਰ ਤਾਂ ਕੁਸ਼ਾਨ ਵੰਸ਼ ਦੀ ਸਥਾਪਨਾ ਕਰਨ ਵਾਲਾ ਕੌਣ ਸੀ ਰਾਜਾ ਹਿਰੇਓਸ ਠੀਕ ਹੈ ਤਾਂ ਇਸਨੇ ਇਸਦੀ ਸਕਸੈਸਰ ਕੌਣ ਸੀ ਜਿਸਨੇ ਕੁਸ਼ਾਨ ਵੰਸ਼ ਨੂੰ ਐਕਸਪੈਂਡ ਕੀਤਾ ਠੀਕ ਹੈ ਤਾਂ ਕੈਡਫਿਸਿਸ ਇਹ ਨਾਮ ਯਾਦ ਰੱਖਣੇ ਕੈਡਫਿਸਿਸ ਠੀਕ ਹੈ Demacus, a Greek ambassador, visited the court of Bindusar. ठीक है यह तुसी factual information है इसनों दिमाग च रखोगे Discussion between King Menander, ता यह असी किता हुए है कि सारे ने ही इसका answer जो है सही देना है And Buddhist philosopher Nagasen has been compiled in. Buddhist philosopher Nagasen and King Menander, जो सी इन्ना दे विच आपस दे विच इन्ना दे विच जो संवाद होया सी ਕਿੰਗ ਮਿਨੈਂਡਰ ਦੇ ਜਿਸਨੂੰ ਜਿਸਦਾ ਨਾਮ ਕਿ ਮਿਲਿੰਦ ਵੀ ਸੀ ਜਿਸਨੂੰ ਮਿਲਿੰਦ ਵੀ ਕਿਹਾ ਜਾਂਦਾ ਸੀ ਤਾਂ ਇਸਦੇ ਕੁਛ ਬੁੱਧੀਜ਼ਮ ਨੂੰ ਲੈ ਕੇ ਕੁਛ ਸਵਾਲ ਸਨ ਜਿਸਦੇ ਲਈ ਇਸਦਾ ਮਤਲਬ ਕਿ ਕੁਛ ਕਨਵਰਸੇਸ਼ਨ ਸੀ ਇੱਕ ਬੁੱਧਿਸਟ ਫਿਲੋਸਫਰ ਦੇ ਨਾਲ ਠੀਕ ਹੈ ਤਾਂ ਉਸਦਾ ਮਤਲਬ ਉਸਨੂੰ ਕੰਪਾਈਲ ਕੀਤਾ ਹੋਇਆ ਹੈ ਮਿਲਿੰਦਾ ਪੰਨਾ ਦੇ ਵਿੱਚ ਹੂ ਫਾਊਂਡਡ ਕੁਸ਼ਾਨ ਕਿੰਗਡਮ ਅਗੇਨ ਕਿੰਗ ਹਿਰੇਓਸ Which of the following ruler had succeeded in defeating the Macedonians in India and conquering the Nanda Empire? Nand Empire, jo si Tanananand nu kisne haraya si? Kede raja, kisne matlab Tanananand nu haraya si? Had founded a vast empire, vast aega, that extended from the Bay of Bengal in east to the Indus River in the west. ਆਈ ਹੋਪ ਕਿ ਸਾਰਿਆਂ ਨੂੰ ਇਸਦਾ ਆਂਸਰ ਪਤਾ ਹੈ ਚੰਦਰਗੁਪਤ ਮੌਰਿਆ ਨੇ ਕੌਟਿਲਯ ਦੀ ਹੈਲਪ ਦੇ ਨਾਲ ਜੋ ਹੈ ਮੌਰਿਆ ਵੰਸ਼ ਦੀ ਸਥਾਪਨਾ ਕੀਤੀ ਸੀ ਧਨਾਨੰਦ ਨੂੰ ਹਰਾ ਕੇ ਨੰਦ ਵੰਸ਼ ਨੂੰ ਖਤਮ ਕੀਤਾ ਸੀ ਉਸਨੇ ਕੰਸੀਡਰ ਦਾ ਫੋਲੋਇੰਗ ਅਬਾਊਟ ਦਾ ਪਾਲਾ ਐਮਪਾਇਰ ਪਾਲਾ ਵੰਸ਼ ਦੇ ਬਾਰੇ ਹੁਣ ਆਪਾਂ ਦੇਖਾਂਗੇ ਇਹਦੇ ਵਿੱਚ ਦੇਖਣਾ ਹੈ ਕਿ ਪਾਲਾਜ਼ ਵਰ ਦਾ ਫੋਲੋਅਰਸ ਆਫ ਅਗੇਨ ਆ ਗਿਆ ਹਿਨਾਯਾਨ ਐਂਡ ਤਾਂਤਰਿਕ ਸਕੂਲ ਆਫ ਬੁੱਧਿਜ਼ਮ No, Palas jo san, ehe Mahayan Buddhism de follower san. Mahayan Buddhism, theek hai? Empire reached its peak under Dharampal and Devpal. Ta Dharampal te Devpal, isde bahut hi matlab kabil shaskan de vichon san. Hun apa dekhte hain, ehe sahi hai. Which of the statements given above are incorrect? Ta apa incorrect dekhna ki dono de vichon kehdi statement hai. Isde vich eh dhyan rakhna hai ki incorrect puchhya hai. ਤਾਂ ਜੋ ਗਲਤ ਹੈ ਆਪਾਂ ਉਹ ਸਟੇਟਮੈਂਟ ਦੇਖਣੀ ਹੈ ਪਾਲਾਜ਼ ਵਰ ਦਾ ਫੋਲੋਅਰਸ ਆਫ ਹਿਨਾਯਾਨ ਬੁੱਧੀਜ਼ਮ ਤਾਂ ਇਸਦੇ ਵਿੱਚ ਆਪਾਂ ਕੀਤਾ ਕਿ ਮਹਾਯਾਨ ਦੇ ਫੋਲੋਅਰਸ ਹਨ ਤਾਂ ਇਹ ਸਟੇਟਮੈਂਟ ਗਲਤ ਹੋ ਗਈ ਇਹ ਸਟੇਟਮੈਂਟ ਸਹੀ ਹੈ ਸੋਰੀ ਇਹ ਸਟੇਟਮੈਂਟ ਸਹੀ ਹੈ ਠੀਕ ਹੈ ਤਾਂ ਆਪਣਾ ਆਂਸਰ ਆਏਗਾ 1 ਠੀਕ ਹੈ ਕਿਉਂਕਿ ਇਹ ਇਨਕਰੈਕਟ ਹੈ ਓਨਲੀ 1 ਤਾਂ ਇਹ ਇਜ਼ ਦਾ ਆਂਸਰ ਬ੍ਰਹਮੀ ਸਕ੍ਰਿਪਟ ਵਾਜ ਇੰਟਰੋਡਿਊਸਡ ਇਨ ਪੰਜਾਬ By which of the following Mauryan Empire, ਕਿਹੜੇ Mauryan Empire ਨੇ ਬ੍ਰਹਮੀ ਸਕ੍ਰਿਪਟ ਇੰਟਰੋਡਿਊਸ ਕੀਤੀ ਸੀ ਤਾਂ ਜੋ ਪਹਿਲਾ ਕੁਐਸਚਨ ਸੀ ਉਹੀ ਇਹ ਕੁਐਸਚਨ ਹੈ ਠੀਕ ਹੈ ਤਾਂ ਅਸ਼ੋਕਾ ਨੇ ਇੰਟਰੋਡਿਊਸ ਕੀਤੀ ਸੀ ਆਪਣੀ ਇਨਸਕ੍ਰਿਪਸ਼ਨਸ ਦੇ ਥਰੂ ਸੋ ਅੱਜ ਇੰਨਾ ਹੀ ਆਪਾਂ ਅੱਗੇ ਆਵਾਂਗੇ ਹੋਰ ਕੁਐਸਚਨਸ ਲੈ ਕੇ ਅਤੇ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ ਇਸ ਦੀ ਪੰਜਾਬ ਜੀ ਕੇ ਬਹੁਤ ਅੱਛੀ ਤਰ੍ਹਾਂ ਦੇ ਨਾਲ ਪੜ੍ਹਦੇ ਰਹਿਣਾ ਸੋ ਥੈਂਕ ਯੂ ਸੋ ਮੱਚ